नमस्कार, हस्ता वस्ता पंजाब में आपका स्वागत है। आपके साथ मैं हूं प्रियंका। चलिए रुक करते हैं पंजाब की तमाम खबरों की ओर। खबर पंजाब से है, जहां समराला में सरकारी धान खरीद शुरू करने के दावे उससे फेल साबित हुए, जब पंजाब भर में आढ़ती सेलर मालिकों और मंडी कर्मचारियों की हड़ताल की वजह से मंडियों में आए धान की फसल की बोली नहीं हो पाई। पंजाब में शायद ऐसा पहली बार हुआ है कि आढ़ती सेलर मालिक और मंडी कर्मचारी धान की आवक पर अपनी मांगों को पूरा करने के लिए एक साथ हड़ताल पर है और स्थानीय अनाज मंडी में दो या तीन दिनों से धान की बोली नहीं हुई है। आढ़ती एसोसिएशन के अध्यक्ष और मंडी बोर्ड के पूर्व निदेशक आलमदीप सिंह मल माजरा ने एसोसिएशन की 11 सदस्य कमेटी की बैठक के बाद कहा कि पंजाब भर के आढ़ती पिछले तीन दिनों से लगातार मंत्री और अधिकारियों के साथ बैठक कर रहे हैं, लेकिन कोई नतीजा नहीं निकला। श्री महाकाल नोक टीवी के लिए समराला से अनुराग संदल की रिपोर्ट। देखो, आज हड़ताल का पहला दिन है। आज पंजाब च यह जहाँ माहौल होया है भी सब तो पहला लेबर भी हड़ताल से है, आढ़तियाँ भी हड़ताल से है, सैलर वाले भी हड़ताल से ने। आढ़ती एसोसीएशन पंजाब के साडे जिहड़े लीडर ने ਉਹ ਹੁਣੇ ਫੂਡ ਸੈਕਟਰੀ ਨਾਲ ਗੱਲਬਾਤ ਕਰਕੇ ਨਿਕਲੇ ਨੇ। ਚੀਫ ਮਿਨਿਸਟਰ ਸਾਹਿਬ ਤੋਂ ਸੱਦਾ ਆਇਆ ਵੀ ਮੇਰੇ ਨਾਲ ਵੀ ਗੱਲ ਕਰੋ। ਪਰ ਅਸੀਂ ਪਿਛਲੇ ਤਿੰਨ ਚਾਰ ਦਿਨਾਂ ਤੋਂ ਲਗਾਤਾਰ ਇਹ ਮੀਟਿੰਗਾਂ ਕਰ ਰਹੇ ਹਾਂ। ਪਹਿਲਾਂ ਖੁਡੀਆ ਸਾਹਿਬ ਨਾਲ ਅਤੇ ਸਾਡੇ ਮੰਤਰੀ ਸਾਹਿਬ ਨਾਲ ਮੀਟਿੰਗ ਕੀਤੀ ਸੀ, ਫਿਰ ਕੱਲ੍ਹ ਡੀ ਸੀ ਸਾਹਿਬ ਨਾਲ ਕਰਕੇ ਆਏ। ਕਿਸੇ ਗੱਲ ਦਾ ਕੋਈ ਸਿੱਟਾ ਨਿਕਲ ਨਹੀਂ ਰਿਹਾ। ਅਸਲੀ ਜਿਹੜੀ ਸਾਡੀ ਮੇਨ ਮੰਗ ਆ ਆੜ੍ਹਤੀਆਂ ਦੀ, ਉਹ ਸਾਡੀ 2.5% ਆੜ੍ਹਤ ਦੀ ਹੈ। ਅਸੀਂ ਤਾਂ ਹੋਰ ਕਿਸੇ ਮੰਗ 'ਤੇ ਇੰਨਾ ਐਮਪੇਸਾਈਜ਼ ਨਹੀਂ ਕਰਦੇ ਜਿੰਨੀ ਆੜ੍ਹਤ ਵਾਲੀ ਹੈ। ਵੀ ਜੇ ਸਾਡੀ ਆੜ੍ਹਤ ਪੂਰੀ ਕਰ ਦੋਗੇ, ਅਸੀਂ ਤੋਲਣ ਨੂੰ ਤਿਆਰ ਹਾਂ। ਸਪੇਸ ਸਾਨੂੰ ਸਰਕਾਰ ਨੇ ਦੱਸਣੀ ਹੈ ਵੀ ਇਹ ਕਿੱਥੇ ਮਾਲ ਜਾਊਗਾ, ਕਿੱਥੇ ਨਹੀਂ। ਦੂਜੀ ਬੇਨਤੀ ਸਾਡੀ ਇਹ ਹੈ, ਜੇ ਸਰਕਾਰ ਸਾਡੀ ਆੜ੍ਹਤ ਵਾਲੀ ਗੱਲ ਮੰਨ ਵੀ ਲੈਂਦੀ ਹੈ, ਜਿਹੜਾ ਮਾਲ ਅਸੀਂ ਭਰਨਾ, ਅਸੀਂ ਇਹਦੇ ਪੇਮੈਂਟ ਦੇ ਸਿਰਫ 72 ਘੰਟੇ ਜ਼ਿੰਮੇਵਾਰ ਹਾਂ। 72 ਘੰਟੇ ਤੋਂ ਬਾਅਦ ਸਾਡੀ ਇਹਦੀ ਕੋਈ ਜ਼ਿੰਮੇਵਾਰੀ ਨਹੀਂ। ਇਹ ਜਿੰਨਾ ਚਿਰ ਸਰਕਾਰ ਇਹ ਗੱਲ ਵੀ ਇਨਸ਼ੋਰ ਨਾਲ ਨਹੀਂ ਕਰਦੀ, ਉਨਾ ਚਿਰ ਮਾਲ ਫਿਰ ਵੀ ਨਹੀਂ ਭਰਿਆ ਜਾਣਾ। ਕਿਉਂਕਿ ਮਾਲ ਅਜੇ ਸੈਲਰ ਐਗਰੀਮੈਂਟ ਨਹੀਂ ਕਰਦੇ, ਮਾਲ ਨੇ ਕਿਤੇ ਜਾਣਾ ਨਹੀਂ। ਜਦੋਂ ਜਾਣਾ ਨਹੀਂ ਤਾਂ ਇਹ ਫੜ 'ਚ ਖਰਾਬ ਵੀ ਹੋ ਸਕਦਾ। ਧਾਨਾਂ ਦਾ ਵੇਟ ਲੋਸ ਬਹੁਤ ਹੁੰਦਾ। ਅੱਗੇ ਪਿਛਲੀ ਵਾਰੀ ਸਾਡੀ ਜਿਹੜੀ ਆੜ੍ਹਤ ਹੈ ਉਹ ਬਹੁਤ ਇਹ ਘਾਟੇ 'ਚ ਹੀ ਚਲੀ ਗਈ, ਕਿਉਂਕਿ ਪੰਜਾਬ 'ਚ 12-14 ਦਿਨ ਹੜਤਾਲ ਰਹੀ। ਉਹਦੇ ਕਰਕੇ ਇਹਦਾ ਵੇਟ ਲੋਸ ਬਹੁਤ ਹੋਇਆ। ਕਣਕ 'ਚ ਬਹੁਤ ਮੰਡੀਆਂ 'ਚ ਇਹ ਗੱਲ ਦਾ ਰੌਲਾ ਪਿਆ ਹੈ ਵੀ ਸਾਤੋਂ ਇੰਨੀ ਸ਼ੋਰਟੇਜ ਲੈ ਲਈ ਇੰਸਪੈਕਟਰਾਂ ਨੇ। ਇਸ ਕਰਕੇ ਅਸੀਂ ਹੁਣ ਉਹਦਾ ਪਹਿਲਾਂ ਹੀ ਬਚਾਓ ਰੱਖਦੇ ਹਾਂ ਵੀ ਇਹ ਬਾਅਦ 'ਚ ਰੌਲਾ ਪੈਣ ਨਾ, ਪਹਿਲਾਂ ਸਰਕਾਰ ਨਾਲ ਇਹ ਗੱਲਬਾਤ ਕਰਕੇ ਹੀ ਮਾਲ ਤੋਲਿਆ ਜਾਊਗਾ। ਸਾਡੀ ਹੜਤਾਲ ਲਗਭਗ ਸਾਨੂੰ 2 ਸਾਲ ਹੋ ਗਏ ਸਰਕਾਰ ਦੇ ਪਿੱਛੇ ਗੇੜੇ ਕੱਢਦਿਆਂ ਨੂੰ ਕਿ ਸਾਡੀਆਂ ਕੁਝ ਮਜ਼ਦੂਰੀਆਂ ਦੇ ਵਿੱਚ ਵਾਧਾ ਕੀਤਾ ਜਾਵੇ, ਕਿਉਂਕਿ ਮਜ਼ਦੂਰੀਆਂ ਜਿਹੜੀਆਂ 6 ਮਹੀਨੇ ਬਾਅਦ ਵੱਧਦੀਆਂ ਨੇ ਮੰਡੀ ਬੋਰਡ ਦੇ ਵਿੱਚ 5 ਪੈਸੇ, 7 ਪੈਸੇ ਜਾਂ ਵੱਧ ਤੋਂ ਵੱਧ 10 ਪੈਸੇ। ਇਸ ਵਾਰ ਵੀ 13 ਤਰੀਕ ਦੇ ਮੀਟਿੰਗ ਦੀ ਸਟੈਂਡਿੰਗ ਕਮੇਟੀ ਦੀ, ਉਹਦੇ ਵਿੱਚ ਸਿਰਫ 10 ਪੈਸੇ ਵਧੇ ਆ, ਜਦੋਂ ਕਿ ਸਾਡੀ ਮੰਗ ਹੈਗੀ ਆ 25% ਵਾਧੇ ਦੀ ਕਿ ਸਾਡੀਆਂ ਮਜ਼ਦੂਰੀਆਂ ਦੇ ਵਿੱਚ 25% ਵਾਧਾ ਕੀਤਾ ਜਾਵੇ ਅਤੇ ਇੱਕ ਜਿਹੜੀ ਸਾਡੀ ਮਜ਼ਦੂਰੀ ਆ ਹਰਿਆਣੇ ਦੇ ਬਰਾਬਰ ਕੀਤੀ ਜਾਵੇ। ਨੰਬਰ 3 ਤੇ ਹੈਗੀ ਆ ਸਾਡੀ ਜਿਹੜਾ ਲੋਡਿੰਗ ਦਾ ਰੇਟ ਆ ਉਹ ਘੱਟੋ ਘੱਟ 5 ਰੁਪਏ ਕੱਟਾ ਕੀਤਾ ਜਾਵੇ ਜੀ ਸਾਡਾ। ਇਹ ਸਾਡੀਆਂ ਮੰਗਾਂ ਨੇ ਜੀ, ਸਰਕਾਰ ਕੋਈ ਧਿਆਨ ਨਹੀਂ ਦੇ ਰਹੀ, ਕੋਈ ਮਤਲਬ ਹੈ ਨਹੀਂ ਗਾ ਕਿ ਸਿਰਫ ਇੱਕ ਫੋਕੇ ਵਾਅਦੇ ਨੇ ਕਿ ਸਾਡੇ ਪੁਖਤਾ ਇੰਤਜ਼ਾਮ ਨੇ, ਪਰ ਕੋਈ ਇੰਤਜ਼ਾਮ ਨਹੀਂ ਮੰਡੀਆਂ ਦੇ ਵਿੱਚ ਹੈਗੇ। ਦੇਖੋ, ਸਾਨੂੰ ਤਾਂ ਖੁਸ਼ੀ ਆ ਕਿ 6 ਮਹੀਨੇ ਬਾਅਦ ਸੀਜ਼ਨ ਆਉਂਦਾ ਹੈਗਾ, ਅਸੀਂ ਇਹਨੂੰ ਖੁਸ਼ੀ ਖੁਸ਼ੀ ਨਿਭਾਈਏ, ਪਰ ਜਦੋਂ ਸਾਡਾ ਘਰ ਦਾ ਗੁਜ਼ਾਰਾ ਹੀ ਨਹੀਂ ਹੋਣਾ। 10 ਪੈਸੇ ਦੱਸੋ, ਅੱਜ ਕਿਹੜਾ ਮਜ਼ਦੂਰ ਜਾਂ ਕਿਹੜਾ ਵਰਗ
10 ਪੈਸੇ ਦੇ ਵਿੱਚ ਖੁਸ਼ ਹੋ ਸਕਦਾ? ਦੇਖੋ ਅੱਜ ਹੜਤਾਲ ਦਾ ਪਹਿਲਾ ਦਿਨ ਹੈ, ਅੱਜ ਪੰਜਾਬ 'ਚ ਇਹੋ ਜਿਹਾ ਮਾਹੌਲ ਹੋਇਆ ਹੈ ਵੀ ਸਭ ਤੋਂ ਪਹਿਲਾਂ ਲੇਬਰ ਵੀ ਹੜਤਾਲ 'ਤੇ ਹੈ, ਆੜ੍ਹਤੀਆ ਵੀ ਹੜਤਾਲ 'ਤੇ ਹੈ, ਸੈਲਰ ਵਾਲੇ ਵੀ ਹੜਤਾਲ 'ਤੇ ਨੇ। ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸਾਡੇ ਜਿਹੜੇ ਲੀਡਰ ਨੇ ਉਹ ਹੁਣੇ ਫੂਡ ਸੈਕਟਰੀ ਨਾਲ ਗੱਲਬਾਤ ਕਰਕੇ ਨਿਕਲੇ ਨੇ, ਚੀਫ ਮਿਨਿਸਟਰ ਸਾਹਿਬ ਤੋਂ ਸੱਦਾ ਆਇਆ ਵੀ ਮੇਰੇ ਨਾਲ ਵੀ ਗੱਲ ਕਰੋ। ਪਰ ਅਸੀਂ ਪਿਛਲੇ 3-4 ਦਿਨਾਂ ਤੋਂ ਲਗਾਤਾਰ ਮੀਟਿੰਗਾਂ ਕਰ ਰਹੇ ਹਾਂ। ਪਹਿਲਾਂ ਖੁਡੀਆ ਸਾਹਿਬ ਨਾਲ ਅਤੇ ਸਾਡੇ ਮੰਤਰੀ ਸਾਹਿਬ ਨਾਲ ਮੀਟਿੰਗ ਕੀਤੀ ਸੀ, ਫਿਰ ਕੱਲ੍ਹ DC ਸਾਹਿਬ ਨਾਲ ਕਰਕੇ ਹਾਂ, ਕਿਸੇ ਗੱਲ ਦਾ ਕੋਈ ਸਿੱਟਾ ਨਿਕਲ ਨਹੀਂ ਰਿਹਾ। ਅਸਲੀ ਜਿਹੜੀ ਸਾਡੀ ਮੇਨ ਮੰਗ ਆ ਆੜ੍ਹਤੀਆਂ ਦੀ, ਉਹ ਸਾਡੀ 2.5% ਆੜ੍ਹਤ ਦੀ ਹੈ। ਅਸੀਂ ਤਾਂ ਹੋਰ ਕਿਸੇ ਮੰਗ 'ਤੇ ਇੰਨਾ ਐਮਪੈਸਾਈਜ਼ ਨਹੀਂ ਕਰਦੇ ਜਿੰਨੀ ਆੜ੍ਹਤ ਵਾਲੀ ਹੈ ਵੀ ਜੇ ਸਾਡੀ ਆੜ। खबर पंजाब के समराला जिले की है, जहां पंचायत चुनाव का बिगुल बजने के बाद सरपंची के लिए अपना पर्चा तैयार करने आ रहे उम्मीदवार और उनके समर्थकों का तहसील परिसर में गंदगी से स्वागत किया जा रहा है। यहां पहुंचने वाले लोगों के लिए पीने के पानी की उपलब्धता और बाथरूमों की खराब हालत स्थानीय प्रशासन की अक्षमता और सवाल उठाती है। इस बारे में समराला तहसील के वरिष्ठ सहायक अमरजीत कौर से बात की गई तो उन्होंने कहा कि मैंने खुद इसे महसूस किया है, यहाँ बहुत ज्यादा प्रदूषण है और ऑफिस के अंदर जहरीले सांप भी घूम रहे हैं। श्री महाकाल लोक टीवी के लिए समराला से अनुराग संदल की रिपोर्ट। ਅਸੀਂ ਆਏ ਹਾਂ ਇੱਥੇ ਅਤੇ ਕਾਫੀ ਮਾੜਾ ਹਾਲ ਆ। ਕੋਈ ਪਖਾਨੇ ਜਿਹੜੇ ਬਾਹਰ ਆ ਬੰਦ ਪਏ ਨੇ, ਅੰਦਰ ਵਾਲਿਆਂ 'ਚੋਂ ਮੁਸ਼ਕ ਮਾਰਦਾ ਜਿਹੜਾ ਪਾਣੀ ਪੀਣ ਵਾਲੇ ਪਾਣੀ ਦੇ ਜਿਹੜੇ ਵਾਟਰ ਕੂਲਰ ਨੇ ਉਹ ਬੰਦ ਪਏ ਨੇ। ਕੋਈ ਸਫਾਈ ਵੱਲੋਂ ਬੜਾ ਮਾੜਾ ਹਾਲ ਆ ਅਤੇ ਤਹਿਸੀਲਦਾਰ ਸਾਹਿਬ ਨੂੰ ਵੀ ਅਸੀਂ ਪੁੱਛਿਆ ਸੀ, ਉਹਨਾਂ ਨੂੰ ਵੀ ਕਿਹਾ ਵੀ ਕਰਵਾਓ, ਕਹਿੰਦੇ ਮੈਂ ਹੁਣੇ ਆਇਆ, ਥੋੜ੍ਹੇ ਦਿਨ ਹੋਏ ਆ, ਸਾਡੇ ਕੋਲ ਸਟਾਫ ਦੀ ਕਮੀ ਆ, ਅਸੀਂ ਸਟਾਫ ਲਿਖ ਕੇ ਦਿੱਤਾ। ਪਰ ਪਿੱਛੇ CM ਸਾਹਿਬ ਵੀ ਆਏ ਸੀ, ਉਹ ਕਹਿ ਕੇ ਗਏ ਸੀ ਇਹਨੂੰ ਨਮੂਨੇ ਦੀ ਅਸੀਂ ਬਣਾਵਾਂਗੇ, ਪਰ ਉਹ ਨਮੂਨਾ ਸਾਨੂੰ ਤਾਂ ਦੀਂਦਾ ਨਹੀਂ, ਜਿਹੜਾ ਘਾਹ ਹੋਇਆ ਹੋਇਆ, ਕੋਈ ਕੋਠੇ ਡਿੱਗਣ ਵਾਲੇ ਹੋਏ ਪਏ ਆ, ਆ ਵੀਡੀਓ ਦਿਖਾ ਦਿੱਤੀਆਂ ਜਾਣ। ਅਤੇ ਇਸ ਲਈ ਖਾਸ ਧਿਆਨ ਇੱਧਰ ਦੇਣਾ ਚਾਹੀਦਾ, ਕਿਉਂਕਿ ਜੇ ਜਿਵੇਂ ਸੱਪ ਆ ਗਏ ਨੇ, ਕਿਸੇ ਦੇ ਵੀ ਬੰਦਾ ਜਿਹੜੇ ਉਹ ਸੱਪਾਂ ਦੀਆਂ ਫੋਟੋਆਂ ਵਾਇਰਲ ਹੋਈਆਂ ਨੇ ਦੇਖੀਆਂ ਜਾ ਸਕਦੀਆਂ, ਕਿਸੇ ਦੇ ਵੀ ਸੱਪ ਅਫਸਰ ਦੇ ਵੀ ਲੜ ਸਕਦਾ, ਆਮ ਬੰਦੇ ਦੇ ਵੀ ਲੜ ਸਕਦਾ, ਕਿਸੇ ਦੀ ਜਾਨ ਜਾ ਸਕਦੀ ਆ। ਵਿਸ਼ੇਸ਼ ਧਿਆਨ ਜਿਹੜਾ ਸਾਨੂੰ ਇਹ ਸਫਾਈ ਵੱਲ ਦੇਣਾ ਚਾਹੀਦਾ। ਜੈ ਭੀਮ ਜੈ ਭਾਰਤ, ਮੈਂ ਦਲਵੀਰ ਸਿੰਘ ਮੜਿਆਲਾ। ਕਿਉਂਕਿ ਤੁਹਾਨੂੰ ਪਤਾ ਅੱਜ ਇਲੈਕਸ਼ਨ ਦਾ ਟਾਈਮ ਆ, ਸਰਪੰਚੀਆਂ ਪੰਚੀਆਂ ਦੇ ਲੋਕ ਕਾਗਜ਼ ਭਰਾਉਂਦੇ ਆ, ਨਾਮਨੇਸ ਕਰਦੇ ਆ। ਸੋ ਮੇਰੇ ਹਿਸਾਬ ਨਾਲ ਵੀ ਹਜ਼ਾਰਾਂ ਲੋਕ ਜਿਹੜੇ ਇੱਥੇ ਅੱਜ ਇੱਕ ਦਿਨ ਦੇ ਵਿੱਚ ਆਉਂਦੇ ਨੇ ਇੱਕ ਦਿਨ 'ਚ, ਅਤੇ ਇੱਥੇ ਤਹਿਸੀਲ ਦੇ ਵਿੱਚ ਜਿਹੜੀ ਸਮਾਲਾ ਹਲਕੇ ਦੀ ਤਹਿਸੀਲ ਆ, ਅਤੇ ਇੱਥੇ ਹਾਲਾਤ ਇੰਨੇ ਮਾੜੇ ਨੇ, ਨਾ ਤਾਂ ਇੱਥੇ ਕੋਈ ਬਾਥਰੂਮ ਆ, ਦੇਖੋ ਕਿੰਨੀਆਂ ਲੇਡੀਜ਼ ਆਉਂਦੀਆਂ ਨੇ ਕਾਗਜ਼ ਭਰਾਉਣ, ਪਤਾ ਨਹੀਂ ਕਿੱਥੇ ਜਾਂਦੇ ਨੇ, ਕੀ ਕਿਵੇਂ ਤੰਗ ਹੁੰਦੇ ਲੋਕ, ਨਾ ਤਾਂ ਇੱਥੇ ਕੋਈ ਬਾਥਰੂਮ, ਨਾ ਕੋਈ ਪੀਣ ਦਾ ਇੱਥੇ ਪਾਣੀ ਦਾ ਬੰਦੋਬਸਤ। ਇਹ ਤਹਿਸੀਲਦਾਰ ਸਾਹਿਬ ਨੂੰ ਬੇਨਤੀ ਕਰਦੇ ਹਾਂ, ਅਸੀਂ SDM ਸਾਹਿਬ ਵੀ ਸਾਡੇ ਮਾਲਕ ਨੇ, ਅਸੀਂ ਉਹਨਾਂ ਨੂੰ ਬੇਨਤੀ ਕਰਨੀ ਚਾਹਾਂਗੇ ਕਿ ਤੁਸੀਂ ਲੋਕਾਂ ਦੇ ਹਾਲ ਦੇਖੋ, ਤੁਹਾਡੀ ਡਿਊਟੀ ਬਣਦੀ ਆ, ਪੰਜਾਬ ਸਰਕਾਰ ਦੀ ਡਿਊਟੀ ਬਣਦੀ ਆ, ਜਿਹੜੇ ਲੋਕ ਤੁਹਾਨੂੰ ਵੋਟਾਂ ਪਾ ਕੇ MLA ਸਾਹਿਬ ਬਣਾਉਂਦੇ ਨੇ, ਪੰਚ ਸਰਪੰਚ ਬਣਾਉਂਦੇ ਨੇ, ਤੁਹਾਨੂੰ ਪੰਚਾਇਤਾਂ ਬਣਦੀਆਂ ਨੇ, ਸਰਕਾਰਾਂ ਬਣਦੀਆਂ ਨੇ, ਅਤੇ ਤੁਹਾਡਾ ਕੋਈ ਫਰਜ਼ ਨਹੀਂ ਬਣਦਾ। ਸੋ ਮੈਂ ਤਾਂ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਇਹੀ ਕਰੂੰਗਾ, ਅਸੀਂ ਇਹਦੇ ਹਾਲਾਤ ਬਾਰੇ ਪੰਚੀ ਜਾਣੀ ਅਸੀਂ ਹੈਗੇ ਹਾਂ, ਨਾ ਇੱਥੇ ਬਾਥਰੂਮ ਪ੍ਰਬੰਧ ਆ, ਨਾ ਇੱਥੇ ਲੈਟਰ ਕੁਛ ਕੋਈ ਪ੍ਰਬੰਧ ਨਹੀਂ, ਨਾ ਪਾਣੀ ਦਾ ਪ੍ਰਬੰਧ ਆ ਇੱਥੇ, ਇੰਨੇ ਹਾਲਾਤ ਮੰਦੇ ਨੇ, ਤੁਸੀਂ ਜਨਾਨੀ ਕਿੱਧਰ ਜਾਣ, ਕਿੱਥੇ ਹਜ਼ਾਰਾਂ ਜਨਾਨੀ ਇੱਧਰ ਵੋਟਾਂ ਮਤਲਬ ਵੋਟਾਂ ਵਾਸਤੇ ਸਰਪੰਚੀ ਵਾਸਤੇ ਭਰਨ ਵਾਸਤੇ ਆ ਰਹੇ ਨੇ ਲੋਕ, ਕੋਈ ਪ੍ਰਬੰਧ ਨਹੀਂ ਹੈਗਾ, ਕੋਈ ਪ੍ਰਬੰਧ, ਕੋਈ ਅਰੇਂਜਮੈਂਟ ਇੱਥੇ ਨਹੀਂ ਹੈ। ਹਾਂਜੀ, ਸੱਪ ਵੀ ਫੜੇ ਨੇ, ਤੁਸੀਂ ਆਪੇ ਦੇਖੋ ਵੀਡੀਓ ਤੋਂ, ਭੇਜ ਦਿਓ ਉਹਨਾਂ ਕੋਲ ਵੀ ਆਹ ਇੰਨਾ ਗੰਦਾ ਇੱਥੇ ਪਿਆ। ਸੱਪ ਕੱਲ੍ਹ ਰਾਤੀ ਆਇਆ ਸੀਗਾ ਬਾਹਰ ਬਰਾਂਡੇ 'ਚ, ਸਾਡੇ ਸੇਵਾਦਾਰਾਂ ਨੇ ਦੇਖਿਆ ਅਤੇ ਇਸ ਕਰਕੇ ਫਿਰ ਸਾਰੇ ਡਰਦਿਆਂ ਨੇ ਅੱਜ ਸਪੇਰਾ ਬੁਲਾਇਆ ਸੀ ਅਤੇ ਸੱਪ ਕਢਵਾਇਆ। ਕਿੰਨੇ ਸੱਪ ਸੀ? ਸਰ 2 ਨਿਕਲੇ ਨੇ ਜੀ, ਇੱਕ ਰਜਿਸਟ੍ਰੇਸ਼ਨ ਰੂਮ ਵਿੱਚੋਂ ਨਿਕਲਿਆ, ਇੱਧਰ ਇੱਕ ਬਾਥਰੂਮ ਅੱਗੇ
ਪੁਰਾਣਾ ਰਿਕਾਰਡ ਪਿਆ ਕੁਛ ਉੱਥੋਂ ਨਿਕਲਿਆ। ਮੈਮ ਗੱਲ ਕਰੀਏ ਤਾਂ ਇੱਥੇ ਪੁਖਤਾ ਜਿਹੜੇ ਇੰਤਜ਼ਾਮ ਨੇ ਉਹ ਵੀ ਨਹੀਂ ਹੈਗੇ, ਜਿਵੇਂ ਕਿ ਲੋਕਾਂ ਨੂੰ ਸਫਾਈ ਨਹੀਂ ਮਿਲ ਰਹੀ, ਨਾ ਹੀ ਇੱਥੇ ਪਖਾਨੇ ਨੇ ਜਿਹੜੇ ਬਾਥਰੂਮ ਨੇ ਬਣੇ ਹੋਏ ਉਹ ਵੀ ਬੰਦ ਪਏ ਨੇ, ਅਤੇ ਪੀਣ ਵਾਲਾ ਪਾਣੀ ਨਹੀਂ ਹੈਗਾ ਕੀ? ਹਾਂਜੀ ਸਰ, ਪੀਣ ਵਾਲੇ ਪਾਣੀ ਲਈ ਤਾਂ ਅਸੀਂ ਉੱਧਰ ਉੱਚ ਅਧਿਕਾਰੀਆਂ ਨੂੰ ਚਿੱਠੀਆਂ ਲਿਖ ਚੁੱਕੇ ਹਾਂ, ਪਾਣੀ ਦਾ ਪ੍ਰਬੰਧ ਕੀਤਾ ਜਾਵੇ। चलिए खबरों में अब आगे बात करते हैं। पंजाब में पंचायत के चुनावों को अमन शांति से करवाने के लिए पुलिस द्वारा की जा रही है, ताकि कोई गलत अंसर और कोई अप्रिय घटना को अंजाम न दे। इसी कड़ी में मोगा जिले के थाना कोट इसे खाना पुलिस की ओर से अलग अलग स्थानों पर नाकाबंदी कर चेकिंग अभियान चलाया गया। इस दौरान पुलिस ने एक युवक को 2 किलो अफीम के साथ गिरफ्तार किया गया। फिलहाल पुलिस ने आरोपी पर मुकदमा दर्ज कर आगे की कार्रवाई शुरू कर दी है। श्री महाकाल लोक टीवी के लिए मोगा से हरपाल सिंह सहारण की रिपोर्ट। मानयोग डीजीपी साहब दीयां हदायतां ते एसएसपी मोगा श्री अजय गांधी आईपीएस सर दीयां दिशा निर्देशों हेठ साडी टीम ने सब डिवीजन धर्मकोट दे विच एसएचओ अर्शप्रीत मैडम ने और उन्हां दी टीम ने बहुत वधिया काम कीता है। जदों कल साडी टीम ਪੁਲਿਸ ਪਾਰਟੀ ਰਾਤ ਗਸ਼ਤ ਕਰ ਰਹੀ ਸੀ ਅਤੇ ਇੱਕ ਨੌਜਵਾਨ ਸਾਈਡ 'ਤੇ ਖੜ੍ਹਾ ਸੀ, ਜਦੋਂ ਉਹਨੂੰ ਰੋਕਿਆ ਗਿਆ ਸਾਈਡ 'ਤੇ ਉਹ ਭੱਜ ਗਏ ਗੱਡੀ 'ਚ ਬੈਠ ਕੇ, ਉਹਨੇ ਅੱਗੇ ਗੱਡੀ ਭਜਾ ਲਈ ਅਤੇ ਕਾਲੇ ਰੰਗ ਦਾ ਲਿਫਾਫਾ ਸਾਈਡ 'ਤੇ ਸੁੱਟ ਦਿੱਤਾ। ਜਦੋਂ ਉਹਨੂੰ ਰਾਊਂਡ ਅਪ ਕੀਤਾ ਗਿਆ ਅਤੇ ਉਹਦਾ ਨਾਮ ਨੂੰ ਪੁੱਛਿਆ ਗਿਆ ਉਹਨੂੰ, ਅਤੇ ਉਹਨੇ ਆਪਣਾ ਨਾਮ ਅਮਰਜੀਤ ਸਿੰਘ ਸੋਨੂੰ ਪੁੱਤਰ ਹਰਭਜਨ ਸਿੰਘ ਵਾਸੀ ਦਾਤੇਵਾਲਾ ਰੋਡ ਕੋਟ ਈਸੇ ਖਾਂ ਦੱਸਿਆ। ਜਦੋਂ ਕਾਲਾ ਲਿਫਾਫਾ ਪੁਲਿਸ ਪਾਰਟੀ ਨੇ ਚੈੱਕ ਕੀਤਾ ਉਹਦੇ ਵਿੱਚੋਂ 2 ਕਿਲੋ ਫੀਮ ਬਰਾਮਦ ਹੋਈ ਸਾਨੂੰ, ਅਤੇ ਉਹਦੇ ਵਿੱਚ ਅਸੀਂ ਐੱਫ ਆਈ ਆਰ ਨੰਬਰ 131/24 ਅਧੀਨ ਧਾਰਾ 18-65 ਦਰਜ ਕਰਕੇ ਇਸ ਨੂੰ ਗ੍ਰਿਫਤਾਰ ਕੀਤਾ। ਸਰ ਪਹਿਲਾਂ ਕੋਈ ਮਾਮਲਾ ਦਰਜ ਹੈ? ਪਹਿਲਾਂ ਇਸ 'ਤੇ ਕੋਈ ਮਾਮਲਾ ਦਰਜ ਨਹੀਂ ਆ, ਅਤੇ ਅੱਗੇ ਅਸੀਂ ਜੋ ਵੀ ਇਹ ਕਿੱਥੋਂ ਲੈ ਕੇ ਆਉਂਦਾ, ਕੀ ਕਰਦਾ ਸੀ, ਕਿੰਨੇ ਦੀ ਲਿਆਉਂਦਾ ਸੀ, ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਸਰ ਨਾਕਾਬੰਦੀ ਦੌਰਾਨ ਮੁੱਖ ਬਰਖਾਸਤ ਦੀ ਸਲਾਹ ਤੇ ਕੀ ਕਿਵੇਂ ਇਹਦੀ ਗ੍ਰਿਫਤਾਰੀ ਹੋਈ? ਨਹੀਂ ਦੇਖੋ, ਜਿਵੇਂ ਇਲੈਕਸ਼ਨ ਦਾ ਦੌਰ ਚੱਲ ਰਿਹਾ, ਇਲੈਕਸ਼ਨ ਦੇ ਟਾਈਮ ਸਾਡੀਆਂ ਟੀਮਾਂ ਅਸੀਂ ਬਣਾਈਆਂ ਹੋਈਆਂ, ਉਹ ਗਸ਼ਤ ਕਰਦੀਆਂ ਰਹਿੰਦੀਆਂ ਨੇ। ਜਦੋਂ ਰਾਤ ਦੌਰਾਨੇ ਗਸ਼ਤ ਹੀ ਇਹਨੂੰ ਜਦੋਂ ਚੈੱਕ ਕੀਤਾ ਗਿਆ ਅਤੇ ਉਦੋਂ ਹੀ ਸਾਨੂੰ ਇਹ ਸਫਲਤਾ ਮਿਲੀ। ਸਰ ਇਹ ਪਿੱਛਾ ਕੀਤਾ ਗਿਆ, ਇਸਦਾ ਛੱਡ ਕੇ ਭੱਜ ਚੱਲਿਆ ਸੀਗਾ? ਹਾਂਜੀ, ਇਹਨੂੰ ਜਦੋਂ ਇਹਨੂੰ ਪੁੱਛਿਆ ਗਿਆ ਅਤੇ ਇਹ ਗੱਡੀ ਸਟਾਰਟ ਕਰਕੇ ਭਜਾ ਰਿਹਾ ਸੀ, ਅਤੇ ਮੌਕੇ 'ਤੇ ਇਹਨੂੰ ਰਾਊਂਡ ਅਪ ਕਰਕੇ ਜਦੋਂ ਚੈੱਕ ਕੀਤਾ ਗਿਆ, ਪੁੱਛਿਆ ਗਿਆ, ਤਾਂ ਉਦੋਂ ਸਾਨੂੰ 2 ਕਿਲੋ ਫੀਮ ਬਰਾਮਦ ਹੋਈ। ਨਹੀਂ, ਇੱਕ ਸਾਨੂੰ ਗੱਡੀ ਮਿਲੀ ਆ ਸਕੋਰਪੀਓ ਹਰਿਆਣਾ ਨੰਬਰ, ਉਹਦਾ ਗੱਡੀ ਦਾ ਨੰਬਰ ਹੈਗਾ HR06AC8826। ਉਹ ਹਾਲੇ ਇਨਵੈਸਟੀਗੇਸ਼ਨ ਕਰ ਰਹੇ ਹਾਂ, ਜੋ ਵੀ ਅੱਗੇ ਤੱਥ ਸਾਹਮਣੇ ਹੋਣਗੇ ਤੁਹਾਡੇ ਧਿਆਨ ਵਿੱਚ ਲਿਆਂਦੇ ਜਾਣਗੇ। ਅੱਜ ਅਸੀਂ ਇਹਨੂੰ ਪੇਸ਼ ਕਰਕੇ ਅੱਜ ਦਾ ਰਿਮਾਂਡ ਲਵਾਂਗੇ, ਅੱਗੇ ਫਿਰ ਪੁੱਛ ਕੇ ਫਰਦਰ ਇਨਵੈਸਟੀਗੇਸ਼ਨ ਕਰਾਂਗੇ। खबर पंजाब के मोगा जिले की है, जहां अजीतवाल में पुलिस ने नशा तस्करों के खिलाफ बड़ी कार्रवाई की है। गांव तलवंडी मालिया प्रीतवाल सिंह और कस्बा कोटी की रहने वाली मलकित कौर की प्रॉपर्टी को पुलिस ने सीज कर दिया है। बताया जा रहा है कि मलकित कौर विधवा है और इन दिनों की प्रॉपर्टी जिसकी अनुमानित कीमत करीब 75,50,000 रुपए है। श्री महाकाल लोक टीवी के लिए मोगा से हरपाल सिंह सहारण की रिपोर्ट। On the directions of DGP sir and under the guidance and supervision of DIG sir and SSP sir, jehdi moga police vallon 68F de tehat do nasha taskaran di asi property jehdi jis di kul qeemat 75,46,000 hegi hai, ohne jaidad asi jabt kiti hegi hai,
ਅੱਜ ਸਾਨੂੰ ਉਹਨਾਂ ਦੇ ਕਨਫਰਮੇਸ਼ਨ ਆਰਡਰ ਜਿਹੜੇ ਹੈਗੇ ਮਿਲ ਗਏ ਨੇ ਅਤੇ ਅਸੀਂ ਉਹਨਾਂ ਦੇ ਘਰ ਜਾ ਕੇ ਸਾਡੇ DSP ਸਵਾਨ ਵੱਲੋਂ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਘਰ ਦੇ ਉੱਪਰ ਪੇਸਟ ਕੀਤੇ ਗਏ ਨੇ, ਜਿਸ ਦੀ ਡਿਟੇਲ ਇਸ ਤਰ੍ਹਾਂ ਹੈਗੀ ਹੈ। ਪ੍ਰਿਤਪਾਲ ਸਿੰਘ ਔਰ ਪਿਤਾ ਜਿਸ ਉੱਪਰ 3 ਕਮਰਸ਼ੀਅਲ ਕੁਆਂਟਿਟੀ ਦੇ FIR ਰਜਿਸਟਰਡ ਨੇ, ਉਸ ਲਈ ਅਸੀਂ ਕੁੱਲ 13,56,000 ਦੀ ਪ੍ਰੋਪਰਟੀ ਜਿਹੜੀ ਉਸਦੇ ਨਾਮ 'ਤੇ ਸੀ, ਜਿਹੜੀ ਉਸਨੇ ਨਸ਼ਾ ਵੇਚ ਕੇ ਇਹ ਪ੍ਰੋਪਰਟੀ ਬਣਾਈ ਸੀ ਉਸਨੂੰ ਅਸੀਂ ਜ਼ਬਤ ਕੀਤਾ ਹੈਗਾ। ਇੱਕ ਜਿਹੜੀ ਇੱਕ ਮਲਕੀਤ ਕੌਰ ਉਰਫ ਕਿੱਪੋ ਹੈਗੀ ਹੈ, ਉਸਦੀ ਕੁੱਲ ਪ੍ਰੋਪਰਟੀ ਜਿਹੜੀ ਹੈਗੀ ਸੀ 62,40,918 ਰੁਪਏ ਦੀ ਜਿਹੜੀ ਇਹ ਪ੍ਰੋਪਰਟੀ ਹੈਗੀ ਹੈ, ਇਸ ਨੂੰ ਅਸੀਂ ਜ਼ਬਤ ਕੀਤਾ ਹੈਗਾ। ਇਸ ਵਿੱਚ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ, ਅਸੀਂ ਮੋਗਾ ਪੁਲਿਸ ਵੱਲੋਂ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ, ਜਾਂ ਕਮਰਸ਼ੀਅਲ ਕੁਆਂਟਿਟੀ ਦੇ ਜਿੰਨੇ ਵੀ ਜਿਹੜੇ ਸਮੱਗਲਰ ਹੈਗੇ ਨੇ, ਜਿਨ੍ਹਾਂ ਨੇ ਵੀ ਇਹ ਪ੍ਰੋਪਰਟੀਆਂ ਬਣਾਈਆਂ ਨੇ, ਅਸੀਂ ਉਹਨਾਂ ਦੇ ਉੱਪਰ ਇਹ ਕਾਰਵਾਈ ਜਾਰੀ ਰੱਖਾਂਗੇ ਅਤੇ ਅਸੀਂ ਉਹਨਾਂ ਦੀ ਪ੍ਰੋਪਰਟੀ ਜਿਹੜੀ ਵੀ ਇਹ ਬਣਾਈ ਹੈਗੀ। ਚਲੀਏ ਖਬਰੋਂ ਮੈਂ ਅਬ ਆਗੇ ਬਾਤ ਕਰਤੇ ਹੈ ਪੰਜਾਬ ਕੇ ਤਰਨ ਤਾਰਨ ਮੇਂ ਬਾਬਾ ਬੁੱਢਾ ਸਾਹਿਬ ਕੇ ਵਾਰਸ਼ਿਕ ਯੋਗਦਾਨ ਕੇ ਉਪਲਕਸ਼ ਮੇਂ ਗਾਓ ਕੇ ਯੁਵਾਓ ਕੀ से बाबा बुड्ढा साहिब तक सड़क के दोनों तरफ खड़ी घास और झाड़ियों को साफ करने का अभियान चलाया गया है। मेले में आने वाले लोगों को रास्ते में कोई परेशानी ना हो, इसके लिए मेले से 2 दिन पहले ही पूरी तैयारी कर ली गई है। ट्रैक्टर ट्रॉली पर सवार होकर नौजवान बार बार जिला प्रशासन और सड़क विभाग वन विभाग से मिल चुके हैं, लेकिन कोई सुनवाई नहीं हो रही है, इसलिए युवाओं ने खुद ही सफाई अभियान शुरू कर दिया है। श्री महाकाल लोक टीवी के लिए तरन तारण से जसबीर सिंह की रिपोर्ट। ਉਹਦੇ ਸੰਬੰਧ ਵਿੱਚ ਸੜਕਾਂ ਦੇ ਪਾਸੇ ਜਿਹੜੇ ਦਰਖਤ ਵਧੇ ਆ ਜਾਂ ਘਾਹ ਬੂਟੀ ਵਧੇ ਆ ਉਹਦੀ ਜਿਹੜੀ ਸਾਡੇ ਪਿੰਡ ਦੇ ਨੌਜਵਾਨ ਸਾਰੇ ਆ ਉਹ ਸਫਾਈ ਕਰ ਰਹੇ ਆ, ਸੇਵਾ ਲਾ ਰਹੇ ਆ। ਬਾਕੀ ਸਰਕਾਰਾਂ ਤਾਂ ਇਹ ਬੰਨੇ ਧਿਆਨ ਹੀ ਦਿੰਦੇ, ਫਿਰ ਪਿੰਡ ਵਾਲਿਆਂ ਨੇ ਨੌਜਵਾਨਾਂ ਨੇ ਸਲਾਹ ਕੀਤੀ ਸਾਰਿਆਂ ਨੇ ਵੀ ਚਲੋ ਇਹ ਸੇਵਾ ਜਿਹੜੀ ਆ ਉਹ ਕੀਤੀ ਜਾਵੇ ਅਤੇ ਉਹ ਸਾਰੇ ਹੁਣ ਕਰ ਰਹੇ ਆ ਸੇਵਾ। ਕਿੰਨੇ ਕੁ ਨੌਜਵਾਨ ਜਿਹੜੇ ਆਪਣੀ ਸੇਵਾ ਲੱਗੀ ਸੀ? ਇਸ ਨੌਜਵਾਨ ਸਾਡੇ ਪਿੰਡ ਦੇ ਵਿੱਚ ਸੇਵਾਦਾਰ ਲਗਭਗ 40-50 ਬੰਦੇ ਦੇ ਸੇਵਾਦਾਰ ਲੱਗੇ ਜੀ ਅੱਜ। ਕਿੰਨੀ ਕਰਨੀ ਸੇਵਾ ਪਾਈ ਜਿਹੜੀ? ਇਹ ਸਾਡੇ ਪਿੰਡ ਤੋਂ ਲਗਭਗ 1 ਕਿਲੋਮੀਟਰ ਐਨ ਨੂੰ ਜਾਵਾਂਗੇ ਜੀ, ਅਤੇ 1 ਕਿਲੋਮੀਟਰ ਬਾਬਾ ਬੋਤਾ ਸਿੰਘ ਬਾਬਾ ਗੱਜ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਆ, ਉੱਧਰ ਨੂੰ ਅਸੀਂ ਪਹਿਲਾਂ ਕਰ ਰਹੇ ਹਾਂ ਅਤੇ ਕੁਝ ਰਹਿੰਦੀ ਜਿਹੜੀ ਉਹ ਵੀ ਕਰ ਲਾਂਗੇ। ਇਹ ਸਰਕਾਰਾਂ ਨੂੰ ਚਾਹੀਦਾ ਨਹੀਂ ਵੀ ਮੇਲੇ ਸ਼ੁਰੂ ਹੋਣ ਤੋਂ ਪਹਿਲਾਂ ਸਭ ਸਾਂਭ ਸੰਭਾਲ ਸਫਾਈ ਆ? ਇਹ ਤਾਂ ਚਾਹੀਦਾ ਜੀ, ਹੁਣ ਸਰਕਾਰਾਂ ਦੀ ਜ਼ਿੰਮੇਵਾਰੀ ਉਹਨਾਂ ਦੀ ਆ, ਪਰ ਸਰਕਾਰਾਂ ਅੱਜ ਕੱਲ੍ਹ ਭਰਤੀ ਨਹੀਂ ਕਰਦੀਆਂ, ਨਾ ਮੁਲਾਜ਼ਮ ਹੈਗੇ ਜੀ ਕਿਸੇ ਡਿਪਾਰਟਮੈਂਟ ਦੇ ਵਿੱਚ। ਚਲੇ ਰੁਕ ਕਰਦੇ ਪੰਜਾਬ ਕੀ ਅਗਲੀ ਖਬਰ ਕੀ ਔਰ ਅਮਰੀਕਾ ਮੇਂ ਕਾਮ ਕਰਨੇ ਵਾਲੇ ਬੇਗੋਵਾਲ ਕੇ ਨਜ਼ਦੀਕੀ ਗਾਓ ਕੁਕਾ ਤਲਵੰਡੀ ਕੇ ਇੱਕ ਯੁਵਕ ਕੀ ਮੌਤ ਹੋ। ਮ੍ਰਿਤਕ ਕੇ ਪਿਤਾ ਗੁਰਦੇਵ ਸਿੰਘ ਨੇ ਬਤਾਇਆ ਕਿ ਉਨਕਾ ਬੇਟਾ ਗੁਰਜੀਤ ਸਿੰਘ ਅਮਰੀਕਾ ਕੇ ਨਿਊਯਾਰਕ ਸ਼ਹਿਰ ਮੇਂ ਰਹਿਤਾ ਥਾ ਔਰ ਮਹਾ 6 ਮਹੀਨੇ ਪਹਿਲੇ ਪੰਜਾਬ ਸੇ ਅਮਰੀਕਾ ਗਿਆ ਥਾ। ਗੁਰਜੀਤ ਸਿੰਘ ਕੀ 18 ਅਕਟੋਬਰ ਕੋ ਸ਼ਾਦੀ ਹੋਣੇ ਵਾਲੀ ਥੀ। 2 ਦਿਨ ਬਾਅਦ ਵਹਾਂ ਘਰ ਆਨੇ ਵਾਲਾ ਥਾ। ਘਰ ਆਨੇ ਸੇ ਪਹਿਲੇ ਵਹਾਂ ਅਮਰੀਕਾ ਮੇਂ ਇੱਕ ਗੁਰੂਦੁਆਰਾ ਮੇਂ ਮਾਥਾ ਟੇਕਨੇ ਗਿਆ ਥਾ, ਜਿਸਕੇ ਬਾਅਦ ਉਸਕਾ ਸ਼ਵ ਇੱਕ ਪੂਲ ਕੇ ਨੀਚੇ ਮਿਲਾ। ਵਹੀਂ ਪਰਿਜਨੋ ਨੇ ਯੁਵਕ ਪਰ ਹੱਤਿਆ ਕਾ ਆਰੋਪ ਲਗਾਇਆ ਹੈ, ਜਿਸਕੀ ਜਾਂਚ ਹੋਣੀ ਚਾਹੀਏ। ਸ਼੍ਰੀ ਮਹਾਕਾਲ ਲੋਕ ਟੀਵੀ ਕੇ ਲਈ ਕਪੂਰਥਲਾ ਸੇ ਅਜੇ ਸਬਰਵਾਲ ਕੀ ਰਿਪੋਰਟ। ਮੈਂ ਪਿੰਡ ਤਲਵੰਡੀ ਕੁੱਕਾ ਦਾ ਰਹਿਣ ਵਾਲਾ ਜੀ। ਗੁਰਦੇਵ ਸਿੰਘ ਜੀ, ਮੇਰਾ ਬੇਟਾ ਗੁਰਜੀਤ ਸਿੰਘ ਅਮੈਰੀਕਾ USA 2015 ਦਾ ਗਿਆ ਜੀ। ਉਹ ਕੱਲ੍ਹ ਆਉਣਾ ਸੀ 30 ਤਰੀਕ, ਉੱਧਰ ਦੇ ਹਿਸਾਬ ਨਾਲ ਚੜ੍ਹਨਾ ਸੀ ਜੀ। ਤਿਆਰ ਹੋ ਕੇ ਗੁਰਦੁਆਰੇ ਸਾਹਿਬ ਮੱਥਾ ਟੇਕਣ ਗਿਆ ਜੀ, ਉੱਥੋਂ ਬਾਅਦ ਪਤਾ ਨਹੀਂ ਲੱਗਾ ਜੀ ਕਿੱਧਰ ਗਿਆ। ਫਰਿੱਜ ਥੱਲਿਓ ਲਾਸ਼ ਮਿਲੀ ਆ ਪੁਲਿਸ ਨੂੰ ਜੀ। ਹਾਂਜੀ, ਰੰਜਿਸ਼ ਇੱਕ ਬੇਟੇ ਇੱਕ ਮੁੰਡੇ ਨਾਲ ਸੀ ਜੀ, ਹਰਿਆਣੇ ਦਾ ਸੀ।
ਕਿਤੇ ਉੱਭਰ ਦੀਆਂ ਪਲੇਟਾਂ ਬੇਟੇ ਮੇਰੇ ਕੋਲ ਲਈਆਂ ਸੀ, ਉਹ ਕਿਤੇ 5,000 ਚ ਲਈਆਂ ਸੀ, ਉਹਨੇ ਸਾਲ ਡੇਢ ਚ ਦਿੱਤੇ ਪੈਸੇ ਤੇ ਉਹਨੇ ਕੇਸ ਵੀ ਕੀਤਾ ਸੀ ਬੇਟੇ ਮੇਰੇ ਤੇ, ਤੇ ਕੇਸ ਮੇਰਾ ਬੇਟਾ ਜਿੱਤ ਗਿਆ ਸੀ। ਤੇ ਫਿਰ ਦੁਬਾਰਾ ਕਹਿੰਦਾ ਵੀ ਮੈਨੂੰ ਪੈਸੇ, ਮੈਂ ਕੇਸ ਉਦਾਂ ਹੀ ਉਹਨੂੰ ਧਮਕੀਆਂ ਦਿੰਦਾ ਰਿਹਾ ਵੀ ਕੇਸ ਵਾਪਸ ਲੈ ਲਿਆ, ਮੈਨੂੰ ਪੈਸੇ ਅੱਧੇ ਦੇ ਦੇ। ਤੇ ਬੇਟਾ ਮੇਰਾ 29 ਤਰੀਕ ਗੱਲ ਹੋਈ, ਉਹਦੇ ਨਾਲ ਕੈਮਰਿਆਂ 'ਚ ਰਿਕਾਰਡ ਆ ਜੀ। ਗੁਰਜੀਤ ਸਿੰਘ ਦਾ ਤਾਇਆ ਲੱਗਦਾ, ਜੋ ਸਾਡਾ ਬੇਟਾ 2015 ਤੋਂ ਬਾਅਦ USA ਗਿਆ ਸੀਗਾ, ਉੱਥੇ ਜਾ ਕੇ ਜਿਹੜਾ ਕੋਈ ਇਹਨਾਂ ਮੇਰੇ ਭਾਈ ਸਾਹਿਬ ਨਾਲ ਦੱਸਿਆ ਜਾ ਰਹੀ ਮੁੰਡੇ ਨਾਲ ਰਹਿੰਦੇ ਸੀਗੇ, ਉਹਦੇ ਬਾਰੇ ਇਹਨਾਂ ਦੱਸ ਦਿੱਤਾ। ਦੂਸਰੀ ਗੱਲ ਹੈਗੀ ਹੈ ਕਿ ਅਸੀਂ ਪ੍ਰਸ਼ਾਸਨ ਕੋਲ ਅਤੇ ਆਪਣੀ ਗੌਰਮੈਂਟ ਕੋਲ ਅਤੇ ਉਸ ਗੌਰਮੈਂਟ ਕੋਲ ਇਨਸਾਫ਼ ਮੰਗਦੇ ਹਾਂ ਕਿ ਇੱਕ ਇਨਸਾਫ਼ ਦਿੱਤਾ ਜਾਵੇ। ਦੂਸਰਾ ਜਿਹੜਾ ਕਿ ਜਦੋਂ ਦਾ ਗਿਆ ਅਜੇ ਤੱਕ ਦੇ ਸਾਡਾ ਜਿਹੜਾ 50 ਲੱਖ ਰੁਪਈਆ ਲੱਗਾ ਸੀ, ਸਾਡਾ ਉਹ ਕਰਜ਼ਾ ਨਹੀਂ ਪੂਰਾ ਹੋਇਆ। ਉਹਦੇ ਵਾਸਤੇ ਗੌਰਮੈਂਟ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਥੋੜ੍ਹੀ ਬਹੁਤ ਮਦਦ ਦਿੱਤੀ ਜਾਵੇ, ਜਿਹੜਾ ਕਿ ਉਸ ਬੱਚੇ ਦੇ ਸੰਸਕਾਰ ਵਾਸਤੇ ਵੀ ਸਾਨੂੰ ਉੱਥੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਉਹਦਾ ਇਨਸਾਫ਼ ਦਿੱਤਾ ਜਾਵੇ, ਇਹ ਸਾਡੇ ਗੌਰਮੈਂਟ ਕੋਲ ਸਾਡੀ ਮੰਗ ਆ। ਬਾਕੀ ਜੋ ਵੀ ਬਣਦਾ ਇਨਸਾਫ਼ ਆ ਗੌਰਮੈਂਟ ਦਊਗੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਤੁਹਾਡਾ ਬਹੁਤ ਵੀਡੀਓ ਵਾਲਿਆਂ ਦਾ ਧੰਨਵਾਦ, ਜਿਹਨਾਂ ਨਾਲ ਕਿਹਾ ਕਿ ਸਾਡੇ ਦੁੱਖ ਦੀ ਘੜੀ ਵਿੱਚ ਆ ਕੇ ਸਾਡੇ ਨਾਲ ਦੁੱਖ ਸਾਂਝਾ ਕੀਤਾ। ਬੜੀ ਦੁੱਖ ਦੀ ਘੜੀ ਦੇ ਵਿੱਚ ਅਸੀਂ ਸਾਰਾ ਪਿੰਡ ਸਾਰਾ ਇਲਾਕਾ ਜਦੋਂ ਪਤਾ ਲੱਗਿਆ ਵੀ ਇਹਦੇ ਤਾਂ ਬੱਚੇ ਦੀ ਮੌਤ ਹੋ ਗਈ ਹੈ, ਅਤੇ ਖੁਸ਼ੀਆਂ ਨਾਲ ਜਿਹੜਾ ਬੱਚੇ ਨੇ ਆਉਣਾ ਸੀ ਅੱਜ ਦੇ ਸਵੇਰੇ 9 ਵਜੇ ਘਰ ਪਹੁੰਚ ਜਾਣਾ ਸੀ, ਜਿਹੜਾ ਕਿ ਮਾਤਮ ਛਾ ਗਿਆ, ਰੋਟੀ ਦਾ ਨਗੇ, ਦੁੱਖ ਇੰਨਾ ਆ ਵੀ ਜਵਾਨ ਬੱਚਾ ਜਿਹੜਾ ਹੱਥੋਂ ਖੁਸ ਜਾਣਾ, ਬੜੀ ਵੱਡੀ ਗੱਲ ਆ ਵੀ ਪਰਮਾਤਮਾ ਨੇ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ।